ਭਾਨੇ ਸਿੱਧੂ ਦੇ ਕੇਸ ਬਾਰੇ ਸਾਰਿਆਂ ਨੂੰ ਪਤਾ ਬਾਈ, ਪਹਿਲਾਂ ਇੱਕ ਕੇਸ ਪਾਇਆ ਗਿਆ ਅਤੇ ਹੁਣ ਇੱਕ ਕੇਸ ਹੋਰ ਮੜ ਦਿੱਤਾ ਗਿਆ। ਇਹ ਗੱਲਾਂ ਦੱਸਣ ਜਾਂ ਕੋਈ ਲੁਕੀਆਂ ਨਹੀਂ ਹੈ ਕਿਸੇ ਤੋਂ ਵੀ ਕਿਵੇਂ ਬੰਦੇ ਟਾਰਗੇਟ ਕੀਤੇ ਜਾਂਦੇ ਆ। ਇੱਕ ਬੰਦਾ ਜਿਹੜਾ ਮੈਂ ਕਹਿੰਦਾ ਵੀ ਪੂਰਾ ਫੇਮਸ ਆਇਆ, ਜਿਹਦੇ ਨਾਂ 'ਤੇ ਵੀਡੀਓ ਮਿਲੀਅਨ ਚੱਲ ਜਾਣ, ਉਹ ਬੰਦਾ ਚੰਨੀ ਖਊਗਾ। ਸਰਕਾਰੀ ਨੀਤੀਆਂ ਦੇ ਉੱਤਰੇ ਕਿ ਉੱਥੇ ਲੁਧਿਆਣੇ ਉਸ ਕਸਰ ਰਹਿ ਗਈ ਜਿਹੜੀ ਇੱਥੇ ਪਟਿਆਲੇ ਲਿਆ ਕੇ ਕੱਢਣੀ ਹੈ ਭਾਨੇ ਦੀ। ਕੰਮ ਇਹ ਹੋਇਆ ਉਦੋਂ ਕਹਿੰਦੇ ਭਾਨਾ ਐਂ ਕਿਉਂ ਬੋਲ ਗਿਆ ਕਿ ਦਬਣ ਦਬਾਉਣ ਵਾਲਾ ਕੰਮ ਨਹੀਂ ਹੈਗਾ। ਸਰਕਾਰ ਦੀ ਅੱਖਾਂ ਦੇ ਵਿੱਚ, ਸਰਕਾਰ ਦੇ ਦਿਮਾਗ ਦੇ ਵਿੱਚ, ਸਰਕਾਰ ਦੇ ਉਹ ਭਾਨੇ ਦਾ ਇੱਕ ਬੋਲਿਆ ਹੋਇਆ ਸ਼ਬਦ ਉਹ ਰੜਕ ਰਿਹਾ ਕਿ ਪਰ ਇਹ ਉਹਨੂੰ ਓਪਨ ਰੱਖਿਆ ਗਿਆ, ਤੁਹਾਡਾ ਵੀ ਤਾਂ ਤੁਹਾਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ। ਮੈਨੂੰ ਕੀ ਬਾਈ, ਪੂਰੇ ਪਰਿਵਾਰ ਨੂੰ ਵੀ ਕੀਤਾ ਜਾ ਸਕਦਾ, ਨਾਲ ਸਾਥੀਆਂ ਨੂੰ ਵੀ ਕੀਤਾ ਜਾ ਸਕਦਾ। ਜਦੋਂ ਇੱਕ ਬੰਦੇ ਨੇ ਸੋਚ ਹੀ ਲਿਆ ਕਿ ਆਪਾਂ ਇਹ ਬੰਦੇ ਦਾ ਮਾੜਾ ਕਰਨਾ, ਉਹ ਬੰਦਾ ਕਿਸੇ ਵੀ ਹੱਦ ਤੱਕ ਗਿਰੂਗਾ ਹੀ ਗਿਰੂਗਾ। ਅਤੇ ਉਹ ਵੀ ਉਹ ਬੰਦੇ ਜਦੋਂ ਤੁਸੀਂ ਸੱਤਾ ਦੇ ਵਿੱਚ ਹੋਵੋ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਨਵਰੀਤ ਸਿਵੀਆ। ਭਾਨੇ ਸਿੱਧੂ ਦੇ ਕੇਸ ਬਾਰੇ ਸਾਰਿਆਂ ਨੂੰ ਪਤਾ ਬਾਈ, ਪਹਿਲਾਂ ਇੱਕ ਕੇਸ ਪਾਇਆ ਗਿਆ ਅਤੇ ਹੁਣ ਇੱਕ ਕੇਸ ਹੋਰ ਮੜ ਦਿੱਤਾ ਗਿਆ। ਇਹ ਗੱਲਾਂ ਦੱਸਣ ਜਾਂ ਕੋਈ ਲੁਕੀਆਂ ਨਹੀਂ ਹੈ ਕਿਸੇ ਤੋਂ ਵੀ ਕਿਵੇਂ ਬੰਦੇ ਟਾਰਗੇਟ ਕੀਤੇ ਜਾਂਦੇ ਆ। ਮੈਂ ਇਸ ਗੱਲ ਦੇ ਵਿੱਚ ਜੇ ਜਿਹੜੀਆਂ ਵੀ ਉਹ ਸਿਖਾਈਆਂ ਜਾਂਦੀਆਂ ਨੇ ਕਿ ਬੈਲੈਂਸ ਰੱਖਣਾ, ਪਰ ਜਦੋਂ ਤੁਹਾਨੂੰ ਮੂਹਰੇ ਦੱਸਦਾ ਹੋਵੇ ਕਿ ਸੱਚ ਕੀ ਹੈ ਝੂਠ ਕੀ ਹੈ, ਫਿਰ ਝੂਠ ਵਾਲੇ ਪਾਸੇ ਖੜ੍ਹਨਾ ਵੀ ਤੁਸੀਂ ਉਸੇ ਵੇਲੇ ਆਪਦੇ ਆਪ ਨੂੰ ਮਾਰ ਲੈਂਦੇ ਹੋ। ਮੇਰੇ ਨਾਲ ਅਮਣਾ ਨੇ, ਜਿਹੜੇ ਕਿ ਭਾਨਾ ਸਿੱਧੂ ਦੇ ਭਰਾ ਨੇ ਅਤੇ ਬਾਕੀ ਹੋਰ ਵੀ ਉਹਨਾਂ ਦੇ ਸਾਥੀ ਆ। ਬਾਈ ਅਮਣੇ, ਕੀ ਹੋਇਆ ਅੱਜ, ਜਿਹੜੀ ਇਹ ਸਾਰਾ ਕੇਸ ਆ ਇਹਦਾ ਕੀ ਰੌਲਾ ਅੱਜ ਦਾ? ਕੇਸ ਤਾਂ ਬਾਈ ਹੁਣ ਤੁਹਾਨੂੰ ਜਿਹੜਾ ਲੁਧਿਆਣੇ ਵਾਲਾ ਉਹ ਸਾਰਿਆਂ ਨੂੰ ਪਤਾ ਹੀ ਹੈ। ਉਹ ਤਾਂ ਜ਼ਮਾਨਤ ਮਿਲ ਗਈ ਸੀ, ਉਹ 'ਚ ਜ਼ਮਾਨਤ ਮਿਲ ਗਈ ਸੀ ਹਾਈਕੋਰਟ ਆਪਣੇ ਉੱਥੋਂ ਲੁਧਿਆਣਾ ਅਦਾਲਤ 'ਚੋਂ। ਅੱਜ ਜ਼ਮਾਨਤ, ਕੱਲ੍ਹ ਭਰਾਈ ਨਹੀਂ ਗਈ ਕਿਸੇ ਕਾਰਨ, ਅੱਜ ਭਰਾਈ ਜ਼ਮਾਨਤ। ਅਤੇ ਉਸ ਤੋਂ ਬਾਅਦ ਸਾਨੂੰ 11 ਵਜੇ ਪਤਾ ਲੱਗਿਆ ਕਿ ਇੱਥੇ ਕੋਈ ਪ੍ਰੋਡਕਸ਼ਨ ਬਰਾਂਟਾਂ ਦੇ ਉੱਤੇ ਕੋਈ ਆ FIR ਹੈ ਕਿ ਇਹ 'ਚ ਇਹ ਜਿਹੜੀਆਂ ਧਾਰਾਵਾਂ ਲਾਈਆਂ ਨੇਗੀਆਂ, ਇੱਕ ਇਹਨਾਂ ਨੇ 379 ਬੀ ਲਾਈ ਆ ਜਿਹੜੀ ਸੰਗੀਨ ਧਾਰਾ ਗੀ, ਆ ਬਾਕੀ ਹੋਰ ਲੱਗੀਆਂ ਨੇ। ਇਹ 'ਚ ਲਿਖਿਆ ਇਹ ਗਿਆ ਕਿ ਭਾਨੇ ਸਿੱਧੂ ਨੇ ਚੈਨੀ ਖੋ ਲਈ। ਬਾਈ ਬਾਈ ਤੁਹਾਨੂੰ ਲੱਗਦਾ ਹੈ ਕਿ ਕੋਈ ਇਹੋ ਜਿਹਾ ਕੁਛ ਹੋਊਗਾ ਯਾਰ? ਨਹੀਂ, ਪਹਿਲੀ ਗੱਲ ਤਾਂ ਮੈਂ ਇੱਕ ਗੱਲ ਪੁੱਛਦਾ, ਚਲੋ ਮੈਂ ਆਪਦੇ ਵੱਲੋਂ ਹੀ ਬੋਲ ਦਿੰਦਾ ਵੀ ਫਿਰ ਨਾ ਤਾਂ ਸੋਸ਼ਲ ਮੀਡੀਆ ਨੂੰ ਜਾਣਦੇ ਆ, ਨਾ ਉੱਥੇ ਕੰਟੈਂਟ ਜਿਹੜੇ ਬੰਦੇ ਪਾਉਂਦੇ ਆ ਨਾ ਉਹਨਾਂ ਨੂੰ ਜਾਣਦੇ ਆ, ਕੁਛ ਵੀ ਨਹੀਂ ਇਹਦਾ ਮਤਲਬ ਪਤਾ। ਇੱਕ ਬੰਦਾ ਜਿਹੜਾ ਮੈਂ ਕਹਿੰਦਾ ਵੀ ਪੂਰਾ ਫੇਮਸ ਆ ਯਾਰ, ਜਿਹਦੇ ਨਾਂ 'ਤੇ ਵੀਡੀਓ ਮਿਲੀਅਨ ਚੱਲ ਜਾਣ, ਉਹ ਬੰਦਾ ਚੰਨੀ ਖਊਗਾ। ਇਹ ਤੁਸੀਂ ਹੁਣ ਆਪ ਇਹ ਤੋਂ ਅੰਦਾਜ਼ਾ ਲਾ ਲਓ। ਅਤੇ ਹੋਰ ਜਿਹੜਾ ਲੁੱਟ ਖੋਹ ਦਾ ਪਰਚਾ ਕਰਿਆ ਗਿਆ, ਸਰਕਾਰ ਬਾਈ ਜਿਹੜੀ ਕੁਛ ਨਾ ਕਸਰ ਰਹਿ ਗਈ ਕਹਿੰਦੇ, ਜਿਹੜੀ ਹੁਣ ਕੱਢਣੀ ਹੈ। ਸਰਕਾਰੀ ਨੀਤੀਆਂ ਦੇ ਉੱਤੇ ਕਿ ਉੱਥੇ ਲੁਧਿਆਣੇ ਕੁਛ ਕਸਰ ਰਹਿ ਗਈ ਜਿਹੜੀ ਇੱਥੇ ਪਟਿਆਲੇ ਲਿਆ ਕੇ ਕੱਢਣੀ ਹੈ ਭਾਨੇ ਦੇ। ਕੰਮ ਇਹ ਹੋਇਆ ਸਾਰੀ ਵਾ ਕਹਿੰਦੇ ਜਦੋਂ ਵਿੱਚ ਗੱਲਾਂ ਸੁਣਨ 'ਚ ਆਈਆਂ, ਕਹਿੰਦੇ ਵੀ ਜਿਹੜਾ ਜਦੋਂ ਭਾਨਾ ਉੱਥੇ ਲੈ ਕੇ ਆਏ ਨੇ ਨਾ ਬਾਈ ਕੋਰਟ 'ਚ, ਉਦੋਂ ਕਹਿੰਦੇ ਭਾਨਾ ਐਂ ਕਿਉਂ ਬੋਲ ਗਿਆ ਕਿ ਦਬਣ ਦਬਾਉਣ ਵਾਲਾ ਕੰਮ ਨਹੀਂ ਹੈਗਾ। ਕਹਿੰਦੇ ਭਾਨਾ ਐਂ ਕਿਉਂ ਬੋਲ ਗਿਆ, ਸਰਕਾਰ ਦੀ ਅੱਖਾਂ ਦੇ ਵਿੱਚ, ਸਰਕਾਰ ਦੇ ਦਿਮਾਗ ਦੇ ਵਿੱਚ, ਸਰਕਾਰ ਦੇ ਉਹ ਭਾਨੇ ਦਾ ਇੱਕ ਬੋਲਿਆ ਹੋਇਆ ਸ਼ਬਦ ਉਹ ਰੜਕ ਰਿਹਾ, ਕਹਿੰਦੇ ਭਾਨਾ ਐਂ ਵੀ ਕਿਉਂ ਬੋਲ ਗਿਆ? ਪਰ ਇਹ ਉਹਨੂੰ ਓਪਨ ਰੱਖਿਆ ਗਿਆ, ਤੁਹਾਡਾ ਵੀ ਤਾਂ ਤੁਹਾਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ। ਮੈਨੂੰ ਕੀ ਬਾਈ, ਪੂਰੇ ਪਰਿਵਾਰ ਨੂੰ ਵੀ ਕੀਤਾ ਜਾ ਸਕਦਾ, ਨਾਲ ਸਾਥੀਆਂ ਨੂੰ ਵੀ ਕੀਤਾ ਜਾ ਸਕਦਾ। ਜਦੋਂ ਹੁਣ ਜਦੋਂ ਬਾਈ ਨਵਰੀਤ, ਜਦੋਂ ਇੱਕ ਬੰਦੇ ਨੇ ਸੋਚ ਹੀ ਲਿਆ ਕਿ ਆਪਾਂ ਇਹ ਬੰਦੇ ਦਾ ਮਾੜਾ ਕਰਨਾ, ਉਹ ਬੰਦਾ ਕਿਸੇ ਵੀ ਹੱਦ ਤੱਕ ਗਿਰੂਗਾ ਹੀ ਗਿਰੂਗਾ। ਅਤੇ ਉਹ ਵੀ ਉਹ ਬੰਦੇ ਜਦੋਂ ਤੁਸੀਂ ਸੱਤਾ ਦੇ ਵਿੱਚ ਹੋਵੋ। ਬਾਈ FIR ਮੈਂ ਦੇਖ ਲਈ ਆ, ਬਾਈ ਨੇ ਕਿਹਾ ਸੀਗਾ ਵੀ ਥੋੜ੍ਹਾ ਚਿਰ ਹੀ ਗੱਲ ਹੋਊਗੀ ਉਹਨਾਂ ਤੋਂ। ਠੀਕ ਹੈ ਭਰਾ ਯਾਰ, ਸਿੱਧੀ ਗੱਲ ਆ, ਭਾਵਕ ਹੋਣਾ ਸੁਭਾਵਿਕ ਵੀ ਹੁੰਦਾ ਗਾ। ਆਹ ਤਾਂ ਜਮਾਂ ਹੀ ਨਹੀਂ ਦੇਖਿਆ ਗਿਆ ਚਿੱਟੇ ਰੰਗ, ਆਹ ਜਿਹੜਾ ਮੈਂ ਪੂਰੀ ਜਿਵੇਂ ਪੜ੍ਹੀ ਜਾਂਦਾ ਗਾ, ਤੁਹਾਨੂੰ ਪੜ੍ਹ ਕੇ ਆਪ ਨੂੰ ਹਾਸੀ ਆਉਂਦੀ ਹੈ ਬਾਈ। ਕੋਈ ਸਾਹਬ ਜੀ ਨਹੀਂ ਹੈਗੇ ਜਿਹੜੇ ਅਸੀਂ ਕੋਈ ਬੋਲ ਸਕਦੇ ਹਾਂ, ਅਸੀਂ ਕੀ ਕੀ ਦਰਦ ਰੋਈਏ ਅਸੀਂ ਯਾਰ।
ਪਰ ਮੇਰਾ ਇਹੀ ਕਹਿਣਾ ਸੀ ਤੁਹਾਨੂੰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਯਾਰ ਸੋਚੋ ਅਤੇ ਸਮਝੋ ਥੋੜ੍ਹਾ ਜਿਹਾ ਇਹ ਚੀਜ਼ਾਂ ਦਾ ਖਿਆਲ ਕਰੋ। ਭਾਨੇ ਸਿੱਧੂ ਦੇ ਕੇਸ ਬਾਰੇ ਸਾਰਿਆਂ ਨੂੰ ਪਤਾ ਬਾਈ, ਪਹਿਲਾਂ ਇੱਕ ਕੇਸ ਪਾਇਆ ਗਿਆ ਅਤੇ ਹੁਣ ਇੱਕ ਕੇਸ ਹੋਰ ਮੜ ਦਿੱਤਾ ਗਿਆ। ਇਹ ਗੱਲਾਂ ਦੱਸਣ ਜਾਂ ਕੋਈ ਲੁਕੀਆਂ ਨਹੀਂ ਹੈ ਕਿਸੇ ਤੋਂ ਵੀ ਕਿਵੇਂ ਬੰਦੇ ਟਾਰਗੇਟ ਕੀਤੇ ਜਾਂਦੇ ਆ। ਇੱਕ ਬੰਦਾ ਜਿਹੜਾ ਮੈਂ ਕਹਿੰਦਾ ਵੀ ਪੂਰਾ ਫੇਮਸ ਆਇਆ, ਜਿਹਦੇ ਨਾਂ 'ਤੇ ਵੀਡੀਓ ਮਿਲੀਅਨ ਚੱਲ ਜਾਣ, ਉਹ ਬੰਦਾ ਚੰਨੀ ਖਊਗਾ। ਸਰਕਾਰੀ ਨੀਤੀਆਂ ਦੇ ਉੱਤੇ ਕਿ ਉੱਥੇ ਲੁਧਿਆਣੇ ਉਸ ਕਸਰ ਰਹਿ ਗਈ ਜਿਹੜੀ ਇੱਥੇ ਪਟਿਆਲੇ ਲਿਆ ਕੇ ਕੱਢਣੀ ਹੈ ਭਾਨੇ ਦੀ। ਕੰਮ ਇਹ ਹੋਇਆ ਉਦੋਂ ਕਹਿੰਦੇ ਭਾਨਾ ਐਂ ਕਿਉਂ ਬੋਲ ਗਿਆ ਕਿ ਦਬਣ ਦਬਾਉਣ ਵਾਲਾ ਕੰਮ ਨਹੀਂ ਹੈਗਾ। ਸਰਕਾਰ ਦੀ ਅੱਖਾਂ ਦੇ ਵਿੱਚ, ਸਰਕਾਰ ਦੇ ਦਿਮਾਗ ਦੇ ਵਿੱਚ, ਸਰਕਾਰ ਦੇ ਉਹ ਭਾਨੇ ਦਾ ਇੱਕ ਬੋਲਿਆ ਹੋਇਆ ਸ਼ਬਦ ਉਹ ਰੜਕ ਰਿਹਾ ਕਿ ਪਰ ਇਹ ਉਹਨੂੰ ਓਪਨ ਰੱਖਿਆ ਗਿਆ, ਤੁਹਾਡਾ ਵੀ ਤਾਂ ਤੁਹਾਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ। ਮੈਨੂੰ ਕੀ ਬਾਈ, ਪੂਰੇ ਪਰਿਵਾਰ ਨੂੰ ਵੀ ਕੀਤਾ ਜਾ ਸਕਦਾ, ਨਾਲ ਸਾਥੀਆਂ ਨੂੰ ਵੀ ਕੀਤਾ ਜਾ ਸਕਦਾ। ਜਦੋਂ ਇੱਕ ਬੰਦੇ ਨੇ ਸੋਚ ਹੀ ਲਿਆ ਕਿ ਆਪਾਂ ਇਹ ਬੰਦੇ ਦਾ ਮਾੜਾ ਕਰਨਾ, ਉਹ ਬੰਦਾ ਕਿਸੇ ਵੀ ਹੱਦ ਤੱਕ ਗਿਰੂਗਾ ਹੀ ਗਿਰੂਗਾ। ਅਤੇ ਉਹ ਵੀ ਉਹ ਬੰਦੇ ਜਦੋਂ ਤੁਸੀਂ ਸੱਤਾ ਦੇ ਵਿੱਚ ਹੋਵੋ। ਤੁਸੀਂ ਜੁੜੇ ਹੋ ਅੱਖਰ ਦੇ ਨਾਲ ਅਤੇ ਮੈਂ ਹਾਂ ਨਵਰੀਤ ਸਿਵੀਆ। ਭਾਨੇ ਸਿੱਧੂ ਦੇ ਕੇਸ ਬਾਰੇ ਸਾਰਿਆਂ ਨੂੰ ਪਤਾ ਬਾਈ, ਪਹਿਲਾਂ ਇੱਕ ਕੇਸ ਪਾਇਆ ਗਿਆ ਅਤੇ ਹੁਣ ਇੱਕ ਕੇਸ ਹੋਰ ਮੜ ਦਿੱਤਾ ਗਿਆ। ਇਹ ਗੱਲਾਂ ਦੱਸਣ ਜਾਂ ਕੋਈ ਲੁਕੀਆਂ ਨਹੀਂ ਹੈ ਕਿਸੇ ਤੋਂ ਵੀ ਕਿਵੇਂ ਬੰਦੇ ਟਾਰਗੇਟ ਕੀਤੇ ਜਾਂਦੇ ਆ। ਮੈਂ ਇਸ ਗੱਲ ਦੇ ਵਿੱਚ ਜੇ ਜਿਹੜੀਆਂ ਵੀ ਉਹ ਸਿਖਾਈਆਂ ਜਾਂਦੀਆਂ ਨੇ ਕਿ ਬੈਲੈਂਸ ਰੱਖਣਾ, ਪਰ ਜਦੋਂ ਤੁਹਾਨੂੰ ਮੂਹਰੇ ਦੱਸਦਾ ਹੋਵੇ ਕਿ ਸੱਚ ਕੀ ਆ ਝੂਠ ਕੀ ਆ, ਫਿਰ ਝੂਠ ਵਾਲੇ ਪਾਸੇ ਖੜ੍ਹਨਾ ਵੀ ਤੁਸੀਂ ਉਸੇ ਵੇਲੇ ਆਪਦੇ ਆਪ ਨੂੰ ਮਾਰ ਲੈਂਦੇ ਹੋ। ਮੇਰੇ ਨਾਲ ਅਮਣਾ ਨੇ, ਜਿਹੜੇ ਕਿ ਭਾਨਾ ਸਿੱਧੂ ਦੇ ਭਰਾ ਨੇ ਅਤੇ ਬਾਕੀ ਹੋਰ ਵੀ ਉਹਨਾਂ ਦੇ ਸਾਥੀ ਆ। ਬਾਈ ਅਮਣੇ, ਕੀ ਹੋਇਆ ਅੱਜ, ਜਿਹੜੀ ਇਹ ਸਾਰਾ ਕੇਸ ਆ ਇਹਦਾ ਕੀ ਰੌਲਾ ਅੱਜ ਦਾ? ਕੇਸ ਤਾਂ ਬਾਈ ਹੁਣ ਤੁਹਾਨੂੰ ਜਿਹੜਾ ਲੁਧਿਆਣੇ ਵਾਲਾ ਉਹ ਸਾਰਿਆਂ ਨੂੰ ਪਤਾ ਹੀ ਹੈ। ਉਹ ਤਾਂ ਜ਼ਮਾਨਤ ਮਿਲ ਗਈ ਸੀ, ਉਹ 'ਚ ਜ਼ਮਾਨਤ ਮਿਲ ਗਈ ਸੀ ਹਾਈਕੋਰਟ ਆਪਣੇ ਉੱਥੋਂ ਲੁਧਿਆਣਾ ਅਦਾਲਤ 'ਚੋਂ। ਅੱਜ ਜ਼ਮਾਨਤ, ਕੱਲ੍ਹ ਭਰਾਈ ਨਹੀਂ ਗਈ ਕਿਸੇ ਕਾਰਨ, ਅੱਜ ਭਰਾਈ ਜ਼ਮਾਨਤ। ਅਤੇ ਉਸ ਤੋਂ ਬਾਅਦ ਸਾਨੂੰ 11 ਵਜੇ ਪਤਾ ਲੱਗਿਆ ਕਿ ਇੱਥੇ ਕੋਈ ਪ੍ਰੋਡਕਸ਼ਨ ਵਾਰੰਟਾਂ ਦੇ ਉੱਤੇ ਕੋਈ ਆਹ FIR ਹੈ ਕਿ ਇਹ 'ਚ ਇਹ ਜਿਹੜੀਆਂ ਧਾਰਾਵਾਂ ਲਾਈਆਂ ਨੇਗੀਆਂ, ਇੱਕ ਇਹਨਾਂ ਨੇ 379 ਬੀ ਲਾਈ ਆ ਜਿਹੜੀ ਸੰਗੀਨ ਧਾਰਾ ਗੀ, ਆ ਬਾਕੀ ਹੋਰ ਲੱਗੀਆਂ ਨੇ। ਇਹ 'ਚ ਲਿਖਿਆ ਇਹ ਗਿਆ ਕਿ ਭਾਨੇ ਸਿੱਧੂ ਨੇ ਚੈਨੀ ਖੋਲੀ। ਬਾਈ ਬਾਈ ਤੁਹਾਨੂੰ ਲੱਗਦਾ ਹੈ ਕਿ ਕੋਈ ਇਹੋ ਜਿਹਾ ਕੁਛ ਹੋਊਗਾ ਯਾਰ? ਨਹੀਂ, ਪਹਿਲੀ ਗੱਲ ਤਾਂ ਮੈਂ ਇੱਕ ਗੱਲ ਪੁੱਛਦਾ, ਚਲੋ ਮੈਂ ਆਪਦੇ ਵੱਲੋਂ ਹੀ ਬੋਲ ਦਿੰਦਾ ਵੀ ਫਿਰ ਨਾ ਤਾਂ ਸੋਸ਼ਲ ਮੀਡੀਆ ਨੂੰ ਜਾਣਦੇ ਆ, ਨਾ ਉਹ 'ਤੇ ਕੰਟੈਂਟ ਜਿਹੜੇ ਬੰਦੇ ਪਾਉਂਦੇ ਆ, ਨਾ ਉਹਨਾਂ ਨੂੰ ਜਾਣਦੇ ਆ, ਕੁਛ ਵੀ ਨਹੀਂ ਇਹਦਾ ਮਤਲਬ ਪਤਾ। ਇੱਕ ਬੰਦਾ ਜਿਹੜਾ ਮੈਂ ਕਹਿੰਦਾ ਵੀ ਪੂਰਾ ਫੇਮਸ ਆ ਯਾਰ, ਜਿਹਦੇ ਨਾਂ 'ਤੇ ਵੀਡੀਓ ਮਿਲੀਅਨ ਚੱਲ ਜਾਣ, ਉਹ ਬੰਦਾ ਚੰਨੀ ਖਊਗਾ। ਇਹ ਤੁਸੀਂ ਹੁਣ ਆਪ ਇਹ ਤੋਂ ਅੰਦਾਜ਼ਾ ਲਾ ਲਓ। ਅਤੇ ਹੋਰ ਜਿਹੜਾ ਲੁੱਟ ਖੋਹ ਦਾ ਪਰਚਾ ਕਰਿਆ ਗਿਆ, ਸਰਕਾਰ ਬਾਈ ਜਿਹੜੀ ਕੁਛ ਨਾ ਕਸਰ ਰਹਿ ਗਈ ਕਹਿੰਦੇ, ਜਿਹੜੀ ਹੁਣ ਕੱਢਣੀ ਹੈ ਸਰਕਾਰੀ ਨੀਤੀਆਂ ਦੇ ਉੱਤੇ ਕਿ ਉੱਥੇ ਲੁਧਿਆਣੇ ਕੁਛ ਕਸਰ ਰਹਿ ਗਈ ਜਿਹੜੀ ਇੱਥੇ ਪਟਿਆਲੇ ਲਿਆ ਕੇ ਕੱਢਣੀ ਹੈ ਭਾਨੇ ਦੇ। ਕੰਮ ਇਹ ਹੋਇਆ ਸਾਰੀ ਵਾ ਕਹਿੰਦੇ ਜਦੋਂ ਵਿੱਚ ਗੱਲਾਂ ਸੁਣਨ 'ਚ ਆਈਆਂ, ਕਹਿੰਦੇ ਵੀ ਜਿਹੜਾ ਜਦੋਂ ਭਾਨਾ ਉੱਥੇ ਲੈ ਕੇ ਆਏ ਨੇ ਨਾ ਬਾਈ ਕੋਰਟ 'ਚ, ਉਦੋਂ ਕਹਿੰਦੇ ਭਾਨਾ ਐਂ ਕਿਉਂ ਬੋਲ ਗਿਆ ਕਿ ਦਬਣ ਦਬਾਉਣ ਵਾਲਾ ਕੰਮ ਨਹੀਂ ਹੈਗਾ। ਕਹਿੰਦੇ ਭਾਨਾ ਐਂ ਕਿਉਂ ਬੋਲ ਗਿਆ, ਸਰਕਾਰ ਦੀ ਅੱਖਾਂ ਦੇ ਵਿੱਚ, ਸਰਕਾਰ ਦੇ ਦਿਮਾਗ ਦੇ ਵਿੱਚ, ਸਰਕਾਰ ਦੇ ਉਹ ਭਾਨੇ ਦਾ ਇੱਕ ਬੋਲਿਆ ਹੋਇਆ ਸ਼ਬਦ ਉਹ ਰੜਕ ਰਿਹਾ, ਕਹਿੰਦੇ ਭਾਨਾ ਐਂ ਵੀ ਕਿਉਂ ਬੋਲ ਗਿਆ? ਪਰ ਇਹ ਉਹਨੂੰ ਓਪਨ ਰੱਖਿਆ ਗਿਆ, ਤੁਹਾਡਾ ਵੀ ਤਾਂ ਤੁਹਾਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ। ਮੈਨੂੰ ਕੀ ਬਾਈ, ਪੂਰੇ ਪਰਿਵਾਰ ਨੂੰ ਵੀ ਕੀਤਾ ਜਾ ਸਕਦਾ, ਨਾਲ ਸਾਥੀਆਂ ਨੂੰ ਵੀ ਕੀਤਾ ਜਾ ਸਕਦਾ। ਜਦੋਂ ਹੁਣ ਜਦੋਂ ਬਾਈ ਨਵਰੀਤ, ਜਦੋਂ ਇੱਕ ਬੰਦੇ ਨੇ ਸੋਚ ਹੀ ਲਿਆ ਕਿ ਆਪਾਂ ਇਹ ਬੰਦੇ ਦਾ ਮਾੜਾ ਕਰਨਾ, ਉਹ ਬੰਦਾ ਕਿਸੇ ਵੀ ਹੱਦ ਤੱਕ ਗਿਰੂਗਾ ਹੀ ਗਿਰੂਗਾ। ਅਤੇ ਉਹ ਵੀ ਉਹ ਬੰਦੇ ਜਦੋਂ ਤੁਸੀਂ ਸੱਤਾ ਦੇ ਵਿੱਚ ਹੋਵੋ। ਬਾਈ FIR ਮੈਂ ਦੇਖ ਲਈ ਆ, ਬਾਈ ਨੇ ਕਿਹਾ ਸੀਗਾ ਵੀ ਥੋੜ੍ਹਾ ਚਿਰ ਹੀ ਗੱਲ ਹੋਊਗੀ ਉਹਨਾਂ ਤੋਂ। ਠੀਕ ਹੈ ਭਰਾ ਯਾਰ, ਸਿੱਧੀ ਗੱਲ ਆ, ਭਾਵਕ ਹੋਣਾ ਸੁਭਾਵਿਕ ਵੀ ਹੁੰਦਾ ਗਾ। ਆਹ ਤਾਂ ਜਮਾਂ ਹੀ ਨਹੀਂ ਦੇਖਿਆ ਗਿਆ ਚਿੱਟੇ ਰੰਗ, ਆਹ ਜਿਹੜਾ ਮੈਂ ਪੂਰੀ ਜਿਵੇਂ ਪੜ੍ਹੀ ਜਾਂਦਾ ਗਾ, ਸਾਨੂੰ ਪੜ੍ਹ ਕੇ ਆਪ ਨੂੰ ਹਾਸੀ ਆਉਂਦੀ ਹੈ ਬਾਈ।
ਕੋਈ ਸ਼ਬਦ ਹੀ ਨਹੀਂ ਹੈਗੇ ਜਿਹੜੇ ਅਸੀਂ ਕੋਈ ਬੋਲ ਸਕਦੇ ਹਾਂ ਅਸੀਂ ਕੀ ਕੀ ਦਰਦ ਰੋਈਏ ਅਸੀਂ ਯਾਰ। ਪਰ ਮੇਰਾ ਇਹੀ ਕਹਿਣਾ ਸੀ ਤੁਹਾਨੂੰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੀ ਯਾਰ, ਸੋਚੋ ਅਤੇ ਸਮਝੋ ਥੋੜ੍ਹਾ ਜਿਹਾ ਇਹ ਚੀਜ਼ਾਂ ਦਾ ਖਿਆਲ ਕਰੋ।